20 ਅਕਤੂਬਰ ਨੂੰ ਜੋ ਸਰੀ ਦੇ ਵਿੱਚ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ, ਉਸ ਵਿੱਚ ਜਸਬੀਰ ਸਿੰਘ ਨਿਰਵਾਲ ਖੜੇ ਹੋਏ ਨੇ ਐਸ ਸਰੀ ਸਕੂਲ ਟਰੱਸਟੀ ਦੇ ਕੈਂਡੀਡੇਟ ਵਜੋਂ। ਆਓ ਇਹਨਾਂ ਨਾਲ ਅੱਜ ਗੱਲਬਾਤ ਕਰਕੇ ਜਾਣਕਾਰੀ ਲੈਂਦੇ ਹਾਂ ਕਿ ਕਿਹੜੀ ਚੀਜ਼ ਨੇ ਇਹਨਾਂ ਨੂੰ ਪ੍ਰੋਮਪਟ ਕੀਤਾ ਕਿ ਇਹ ਇਸ ਰੇਸ ਵਿੱਚ ਅੱਗੇ ਆਏ ਨੇ ਅਤੇ ਕੀ ਕੁਝ ਇਹ ਸਰੀ ਸਕੂਲ ਵਾਸਤੇ ਕਰਨਾ ਚਾਹੁੰਦੇ ਨੇ। ਸਵਾਗਤ ਕਰਦੇ ਹਾਂ ਜਸਬੀਰ ਸਿੰਘ ਨਿਰਵਾਲ ਜੀ ਦਾ। ਜੀ ਹਾਂ ਜੀ ਭਾਈ ਸਾਹਿਬ, ਵੈਲਕਮ। ਹਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜਿਹੜਾ ਤੁਹਾਡਾ ਸ਼ੋਅ ਆ, ਇਹ ਸਾਰੇ ਜਿਹੜਾ ਆਪਣਾ ਭਾਈਚਾਰਾ ਬੜੇ ਪਿਆਰ ਨਾਲ ਅਤੇ ਬੜੀ ਸ਼ਿੱਦਤ ਨਾਲ ਦੇਖ। ਧੰਨਵਾਦ, ਬਹੁਤ ਮਿਹਰਬਾਨੀ ਜੀ। ਸੋ ਤੁਹਾਡਾ ਅਤੇ ਤੁਹਾਡੇ ਦੇਖਣ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵੈਲਕਮ। ਸੋ ਹਰਪ੍ਰੀਤ ਜੀ, ਤੁਸੀਂ ਐਜ਼ ਅ ਟੀਚਰ ਹਿੰਦੁਸਤਾਨ ਤੋਂ ਆਏ ਹੋ ਇੱਥੇ, ਤੁਹਾਡੇ ਕੋਲ ਕਾਫੀ ਐਕਸਪੀਰੀਅੰਸ ਹੈਗਾ ਇਸ ਫੀਲਡ ਦਾ, ਪਰ ਇੱਥੇ ਆ ਕੇ ਤੁਸੀਂ ਬ੍ਰੌਡਕਾਸਟਿੰਗ ਵਿੱਚ ਵੀ ਹੈਗੇ ਹੋ, ਪ੍ਰੋਗਰਾਮ ਵੀ ਤੁਸੀਂ ਕਰਦੇ ਹੋ, ਕਿਵੇਂ ਮਨ ਵਿੱਚ ਆਇਆ ਕਿ ਮੈਂ ਐਜ਼ ਅ ਟਰੱਸਟੀ ਅੱਗੇ ਆਵਾਂ? ਕਿਉਂ ਤੁਸੀਂ ਸੋਚਿਆ ਕਿ ਤੁਸੀਂ, ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਸਦਾ ਸਹੀ ਉਪਯੋਗ ਕਰਕੇ ਤੁਸੀਂ ਕੁਝ ਬੈਨੀਫਿਟ ਦੇ ਸਕਦੇ ਹੋ? ਸੋ ਹਰਪ੍ਰੀਤ ਜੀ, ਜਿੱਦਾਂ ਤੁਸੀਂ ਕਿਹਾ, ਮੈਂ ਜਿਹੜਾ ਮੁੜ ਤੋਂ ਲੈ ਕੇ ਬਤੌਰ ਲੈਕਚਰਰ ਸਟਾਰਟ ਕੀਤਾ ਸੀ, ਫਿਰ ਬਤੌਰ ਪ੍ਰਿੰਸੀਪਲ ਕੰਮ ਕੀਤਾ, ਪੁਆਇੰਟ ਸਿਸਟਮ 'ਤੇ ਮੈਂ ਇੱਥੇ ਆਇਆ ਸੀ ਜੀ। ਔਰ ਫਿਰ ਮੀਡੀਆ ਦੇ ਵਿੱਚ, ਐਕਚੁਅਲੀ ਤਾਂ ਪਹਿਲਾਂ ਮੈਂ ਆ ਕੇ ਸਰਟੀਫਿਕੇਸ਼ਨ ਲਈ ਸੀ ਕੋਰਟ ਇੰਟਰਪ੍ਰੈਟਰ ਦੇ ਤੌਰ 'ਤੇ, ਰਾਈਟ। ਪਰ ਮੇਰੀ ਇੱਕ ਪੈਸ਼ਨ ਸੀ ਕਿ ਕਮਿਊਨਿਟੀ ਦਾ, ਤੁਹਾਡਾ ਸ਼ੋਅ ਦੇਖੀਦਾ ਸੀ, ਹਰਪ੍ਰੀਤ ਥਿੰਨ ਦਾ ਆਪਣੇ ਉੱਥੇ ਦੇ ਹੁਣਾਂ ਦਾ ਦੇਖੀਦਾ ਸੀ। ਸੋ ਕਮਿਊਨਿਟੀ ਦੇ ਵਿੱਚ ਕੁਝ ਰੋਲ ਮਾਡਲ ਸੀਗੇ ਜਿਹੜੇ ਬਹੁਤ ਵਧੀਆ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਆਪਣਾ ਨਾਮ ਬਣਾ ਰਹੇ ਸੀ। ਸੋ ਵਿੱਦਿਆ, ਅਕਲ, ਇਲਮ, ਗਿਆਨ ਨਾਲ ਸੰਬੰਧਿਤ ਸੀਗੇ ਜੀ। ਤੋ ਫਿਰ ਜਿਹੜਾ ਪੱਤਰਕਾਰੀ ਦੇ ਖੇਤਰ ਦੇ ਵਿੱਚ, ਉਹ ਕੋਰਟ ਇੰਟਰਪ੍ਰੀਟੇਸ਼ਨ ਦੇ ਨਾਲ ਨਾਲ ਔਰ ਮੀਡੀਆ ਦੇ ਵਿੱਚ ਪਿਛਲੇ 5 ਕੁ ਸਾਲ ਤੋਂ ਫਿਰ ਕੰਮ ਕਰਨਾ ਸ਼ੁਰੂ ਕੀਤਾ। ਔਰ ਮੈਂ ਇਹ ਗੱਲ ਦੇਖੀ ਕਿ ਇੱਥੇ ਦਾ ਜਿਹੜਾ ਸਿਸਟਮ ਆ ਜੀ, ਇਹ ਸਾਫ਼ ਸੁਥਰਾ ਅਤੇ ਸੋਹਣਾ ਆ, ਲਿਆਕਤ ਦਾ ਇੱਥੇ ਮੁੱਲ ਆ, ਰਾਈਟ। ਔਰ ਇਹ ਖਾਸ ਤੌਰ 'ਤੇ ਜਿਹੜਾ ਸਾਡਾ ਸਰੀ ਆ ਆਪਣੇ ਹਰਪ੍ਰੀਤ ਜੀ, ਇਹਦੇ ਵਿੱਚ ਮੈਂ ਦੇਖਿਆ ਕਿ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਡਰੱਗਸ ਅਤੇ ਗੈਂਗ ਵਾਇਲੈਂਸ ਦਾ ਮੁੱਦਾ ਸੀਗਾ, ਮੈਨੂੰ ਲੱਗਦਾ ਸੀ ਇਹਦੀ ਜੜ੍ਹ ਕਿਤੇ ਨਾ ਕਿਤੇ, ਕਿਉਂਕਿ ਮੈਂ ਵਿੱਦਿਆ ਦੇ ਨਾਲ ਸੰਬੰਧਿਤ ਸੀ, ਰਾਈਟ। ਅਸੀਂ ਦੇਖਦੇ ਹਾਂ ਜਿਹੜੇ ਬੱਚੇ ਆ ਜਦੋਂ ਸਕੂਲਾਂ 'ਚ ਜਾਂਦੇ ਆ, ਜਿਹੜੇ ਜਿਹੜੇ ਬੱਚੇ ਉਹ ਥੋੜ੍ਹੀ ਪ੍ਰੋਬਲਮ ਕ੍ਰੀਏਟ ਕਰਦੇ ਆ ਜਾਂ ਜਿਨ੍ਹਾਂ ਦੇ ਇਸ਼ੂ ਹੁੰਦੇ ਆ, ਉਹ ਜਿਹੜੇ ਡੇਂਜਰ ਜ਼ੋਨ ਦੇ ਵਿੱਚ ਬੱਚੇ ਜਾਂਦੇ ਆ, ਮੈਂ ਹਰਪ੍ਰੀਤ ਜੀ ਦੇਖਿਆ, ਉਹ ਸਦਾ ਸਿੰਪਟਮ ਦਿੰਦੇ ਆ, ਰਾਈਟ। ਸੋ ਉਹਨਾਂ ਦੇ ਜਿੱਦਾਂ ਬੰਦਾ ਬਿਮਾਰ ਹੋ ਜਾਂਦਾ, ਜ਼ੁਕਾਮ ਹੋ ਜਾਂਦਾ, ਤਾਂ ਉਹ ਤੁਹਾਨੂੰ ਇੱਕਦਮ ਛਿੱਕਾਂ ਆਉਂਦੀਆਂ, ਸਭ ਕੁਛ ਹੁੰਦਾ ਜੀ। ਸੋ ਉਹ ਜਿਹੜੇ ਬੱਚੇ ਆ ਨਾ, ਉਹ ਬਿਲਕੁਲ ਉਹਨਾਂ ਦੇ ਥੋੜ੍ਹੇ ਕਲੀਅਰ ਸਿੰਪਟਮਸ ਆ, ਆਖੇ ਲੱਗਦੇ, ਲੇਟ ਆਉਂਦੇ ਆ, ਉਹ ਤੁਰਦੇ ਹੋਰ ਤਰ੍ਹਾਂ ਆ, ਜਦੋਂ ਟੀਚਰ ਕਲਾਸ ਰੂਮ 'ਚ ਉਹਨਾਂ ਨਾਲ ਗੱਲਬਾਤ ਕਰਦਾ, ਉਹਨਾਂ ਦਾ ਜਿਹੜਾ ਬਿਹੇਵੀਅਰ ਹੁੰਦਾ, ਉਹ ਇੰਨਾ ਸੋਬਰ ਨਹੀਂ ਹੁੰਦਾ, ਸੋਬਰ ਨਹੀਂ ਹੁੰਦਾ। ਤੋ ਉਹ ਇੱਥੇ ਕੈਨੇਡਾ ਦੀ ਵਧੀਆ ਗੱਲ ਹੋ, ਸਭ ਕੁਛ ਨਾ ਡਾਕੂਮੈਂਟ ਹੁੰਦਾ ਆ, ਉਹਦੀ ਪ੍ਰੋਫਾਈਲਿੰਗ ਹੁੰਦੀ ਰਹਿੰਦੀ ਨਿਆਣੇ ਦੀ, ਰਾਈਟ। ਸੋ ਉਹ ਜਿਹੜਾ ਬੱਚਾ ਆ, ਉਹਨੂੰ ਆਪਣੇ ਹਰਪ੍ਰੀਤ ਜੀ, ਜਿਹੜਾ ਉਹਨੂੰ ਟਰੇਸ ਆਊਟ ਕਰਨਾ ਔਖਾ ਨਹੀਂਗਾ, ਰਾਈਟ। ਔਰ ਜੇ ਉਹ ਸਹੀ ਬਿੱਲ ਪਾਵਰ ਹੋਵੇ ਜੀ, ਤਾਂ ਜਿਹੜੇ ਉਹ ਹਾਈ ਡੇਂਜਰ ਜ਼ੋਨ ਦੇ ਵਿੱਚ ਬੱਚੇ ਆ, ਮੈਂ ਇਹ ਬੜਾ ਪੈਸ਼ਨੇਟ ਹੋ ਕੇ ਦੇਖਿਆ, ਜੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਹੈਂਡਲ ਕਰ ਲਈਏ, ਰਾਈਟ। ਜਿਹੜੇ ਇੱਥੇ ਜਿਹੜੇ ਥੱਲੇ ਦੇ ਸਕੂਲ ਆ, ਐਲੀਮੈਂਟਰੀ ਸਕੂਲ 100 ਦੇ ਲਗਭਗ ਆ, ਉਹਨਾਂ ਨੂੰ ਉੱਥੋਂ 8th ਗ੍ਰੇਡ ਤੋਂ ਲੈ ਕੇ 12th ਗ੍ਰੇਡ ਤੱਕ ਜਿਹੜੇ 26 ਸਕੂਲ ਆ, ਅਸੀਂ ਉਹਨਾਂ ਦੇ ਉੱਤੇ ਫੋਕਸ ਕਰਕੇ, ਰਾਈਟ। ਔਰ ਉੱਥੇ ਜਿਹੜੀਆਂ ਉਹ ਜਿਹੜੀਆਂ ਪੇਰੈਂਟ ਐਡਵਾਈਜ਼ਰੀ ਕਮੇਟੀਜ਼ ਆ, ਪੈਕਸ ਆ, ਉਹਨਾਂ ਨੂੰ ਚੁਸਤ ਦਰੁਸਤ ਕਰ ਲਈਏ, ਰਾਈਟ। ਕਿਉਂਕਿ ਜਿਹੜੇ ਬੱਚੇ ਦੀ ਜਿਹੜਾ ਇਨਪੁੱਟ ਆ ਨਾ, ਜਿਹੜਾ ਪਹਿਲਾ ਟੀਚਰ, ਪਹਿਲਾ ਫਰੈਂਡ, ਪਹਿਲਾ ਫਿਲੋਸਫਰ, ਪਹਿਲਾ ਗਾਈਡ, ਉਹ ਐਕਚੁਅਲੀ ਪੇਰੈਂਟਸ ਆ। ਬਿਲਕੁਲ ਸਹੀ ਕਿਹਾ ਤੁਸੀਂ। ਔਰ ਉਹ ਜੇ ਉਹਨਾਂ ਦਾ ਜੇ ਇਸ ਪੂਰੇ ਅਸੀਂ ਉਹਨਾਂ ਨੂੰ ਜੋੜ ਲਈਏ, ਕਮਿਊਨਿਟੀ ਨੂੰ ਜੋੜ ਲਈਏ, ਅਤੇ ਉਹ ਜਿਹੜੇ ਹਾਈ ਰਿਸਕ ਬੱਚੇ ਆ ਨਾ, ਆਈਡੈਂਟੀਫਾਈ ਕਰਕੇ, ਰਾਈਟ। ਦੇਖੋ ਜਿਹੜੀ ਫੰਡ ਦੀ ਆ, ਮੈਂ ਦੇਖਿਆ ਹਰਪ੍ਰੀਤ ਜੀ, ਜਿਹੜਾ ਭਾਵਾਂ ਆਪਰੇਸ਼ਨ ਬਜਟ ਆ 700 ਮਿਲੀਅਨ ਦਾ, ਪਰ ਹੁਣ ਪਿੱਛੇ ਜਿਹਾ ਹੋਰ ਸਿਰਫ ਇਕੱਲਾ ਉਹ ਜਿਹੜਾ ਰੈਪ ਪ੍ਰੋਗਰਾਮ ਆ, ਉਹਦੇ ਲਗਭਗ 5 ਮਿਲੀਅਨ ਸਾਡੇ ਕੋਲ ਆਏ ਆ, ਹੋਰ ਆਉਣ ਦੀ ਪੂਰੀ ਸੰਭਾਵਨਾ। ਪਰ ਅਸਲ ਗੱਲ ਇਹ ਆ ਵੀ ਉਹ ਜਿਹੜੇ ਬੱਚੇ ਆ, ਉਹਨਾਂ ਨੂੰ ਪੂਰੇ ਪੈਸ਼ਨੇਟ ਹੋ ਕੇ, ਰਾਈਟ, ਇੱਕ ਰੋਲ ਮਾਡਲ ਦੇ ਤੌਰ 'ਤੇ, ਮੈਂ ਕਹਿੰਦਾ ਜਿਹੜਾ ਟਰੱਸਟੀ ਆ, ਉਹ ਐਕਚੁਅਲੀ ਉਹਦਾ ਕੰਮ ਕੀ ਆ, ਕਮਿਊਨਿਟੀ ਦੀ ਐਡਵੋਕੇਸੀ ਕਰਨੀ, ਰਾਈਟ। ਫਰੈਂਡ, ਫਿਲੋਸਫਰ ਐਂਡ ਗਾਈਡ, ਉਹ ਬੱਚਿਆਂ ਦਾ ਵੀ ਹੋਵੇ, ਕਮਿਊਨਿਟੀ ਦੇ ਪੇਰੈਂਟਸ ਦਾ ਹੋਵੇ, ਰਾਈਟ। ਉਹਨਾਂ ਨਾਲ ਇਹ ਚੀਜ਼ਾਂ ਤੁਸੀਂ ਸਮਝ ਦਿਓ ਕਿ ਲੈਕ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ, ਕਿ ਕਿਉਂਕਿ ਇਹ ਤੁਸੀਂ ਇੱਕ ਬੜਾ ਇੰਪੋਰਟੈਂਟ ਪੁਆਇੰਟ ਟੱਚ ਕੀਤਾ ਹੈਗਾ ਕਿ ਬਚਪਨ ਤੋਂ ਹੀ ਜੇਕਰ ਬੱਚਿਆਂ ਨੂੰ ਸਹੀ ਰਾਹ 'ਤੇ ਪਾ ਦਿੱਤਾ ਜਾਏ ਤਾਂ ਇਹ ਸਮੱਸਿਆ ਆਏਗੀ ਨਹੀਂ, ਬਿਲਕੁਲ। ਉਸ ਦੇ ਨਾਲ ਦੇਖੋ ਮੁੱਦਾ ਇਹ ਹੈਗਾ ਕਿ ਆਬਾਦੀ ਵੱਧ ਰਹੀ ਹੈ ਸਰੀ ਦੀ ਬੜੀ ਤੇਜ਼ੀ ਨਾਲ, ਉਸੇ ਤਰੀਕੇ ਨਾਲ ਪੋਰਟੇਬਲਸ ਵੀ ਵੱਧਦੇ ਜਾ ਰਹੇ ਨੇ। ਐਜ਼ ਅ ਸਰੀ ਸਕੂਲ ਟਰੱਸਟੀ, ਜੇ ਤੁਸੀਂ ਚੁਣੇ ਜਾਂਦੇ ਹੋ ਤਾਂ ਇੱਕ ਤਾਂ ਤੁਸੀਂ ਇਹ ਪੁਆਇੰਟ ਜਿਹੜਾ ਕਿਹਾ ਕਿ ਇੱਥੇ ਤੁਸੀਂ ਫੋਕਸ ਕਰੋਗੇ, ਹੋਰ ਤੁਹਾਡੇ ਕਿਹੜੇ ਅਹਿਮ ਮੁੱਦੇ ਹੋਣਗੇ? ਐਕਚੁਅਲੀ ਜਿਹੜੀ ਤੁਸੀਂ ਓਵਰ ਕਰਾਊਡਿੰਗ ਦੀ ਗੱਲ ਕੀਤੀ ਆ,
ਔਰ ਇਹ ਤੁਸੀਂ ਕਹਿੰਦੇ ਆ ਕਿ ਜਿਹੜੇ ਉਹਦੇ ਨਾਲ ਹੀ ਹੁਣ 333 ਪੋਰਟੇਬਲ ਆ ਰਾਈਟ ਔਰ ਹੁਣ ਦੇਖੋ ਉਹ ਮੈਂ ਤਾਂ ਪਹਿਲਾਂ ਇਹ ਕਹਿੰਦਾ ਜਿਹੜੇ ਬੰਦੇ ਉੱਥੇ ਸਲੇਟ 12 ਸਾਲ ਤੋਂ ਬੈਠੇ ਆ ਉਹਨਾਂ ਨੂੰ ਬੜਾ ਸਿੰਸੀਅਰਲੀ ਇਹਦਾ ਜਿਹੜਾ ਜਿਹੜੀ ਇਹਦੀ ਇਨਰ ਸਟੋਰੀ ਆ ਉਹ ਬਾਹਰ ਲਿਆਉਣੀ ਚਾਹੀਦੀ ਹੁਣ ਉਹ ਕਹਿੰਦੇ ਵੀ ਨਹੀਂ ਅਗਲੇ 4 ਸਾਲਾਂ 'ਚ ਅਸੀਂ ਪੋਰਟੇਬਲ ਦੀ ਸਮੱਸਿਆ ਹੱਲ ਕਰ ਲਵਾਂਗੇ ਵੀ ਜੇ ਤੁਹਾਤੋਂ 12 ਸਾਲ ਨਹੀਂ ਹੁਣ 4 ਸਾਲਾਂ 'ਚ ਤੁਸੀਂ ਕਿੱਦਾਂ ਕਰ ਲਓਗੇ ਸੋ ਐਟਲੀਸਟ ਯੂ ਸ਼ੁੱਡ ਬੀ ਓਨੈਸਟ ਤੁਹਾਨੂੰ ਦੱਸਣਾ ਚਾਹੀਦਾ ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਰਪ੍ਰੀਤ ਜੀ ਵੀ ਜਿਹੜੇ ਇਹ ਇਸ ਲਈ 333 ਪੋਰਟੇਬਲ ਆ ਲਗਭਗ $8 million ਉਹਨਾਂ ਦੀ ਸਿਰਫ ਮੇਨਟੇਨੈਂਸ ਦੇ ਉੱਤੇ ਹਰ ਸਾਲ ਖਰਚਿਆ ਜਾ ਰਿਹਾ ਓਕੇ $8 lakh ਉਹਦੀ ਮੇਨਟੇਨੈਂਸ 'ਤੇ ਖਰਚਿਆ ਜਾ ਰਿਹਾ ਉਹ 8 lakh ਦੇ ਵਿੱਚ ਹੋਰ ਜਿਹੜੀ ਕਮਿਊਨਿਟੀ ਦੇ ਰਿਸੋਰਸਿਸ ਦਿੰਦੇ ਆ ਸਾਰੀ ਕਰਕੇ ਸੋ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਇਹ ਜਿਹੜੀ ਪੋਰਟੇਬਲ ਇੱਦਾਂ ਵਧੀ ਜਾਂਦੇ ਆ ਸੋ ਇਹ ਜਿਹੜੀ ਪੋਰਟੇਬਲ ਦਾ ਬਿਜ਼ਨਸ ਆ ਇਹਦੇ ਅੰਦਰ ਕੀ ਆ ਇਹ ਮੈਂ ਜੇ ਸਕੂਲ ਟਰਸਟੀ ਬਣਦਾ ਤਾਂ ਪਹਿਲਾਂ ਤਾਂ ਮੈਂ ਇਹਨੂੰ ਮੈਨੂੰ ਲੱਗਦਾ ਵੀ ਇਟ ਨੀਡ ਥੋਰੋ ਇਨਵੈਸਟੀਗੇਸ਼ਨ ਕਿ ਇਹ ਜਿਹੜੇ ਪੋਰਟੇਬਲ ਆ ਕਿੱਥੋਂ ਆ ਰਹੇ ਅਤੇ ਕਿੱਦਾਂ ਇਹ ਇਹ ਆਪਾਂ ਦਬਾ ਦਬ ਰੱਖੀ ਜਾਂਦੇ ਸੋ ਤੁਹਾਡਾ ਅਗੇਨ ਤੁਹਾਡਾ ਜਿਹੜਾ ਐਕਸਪੀਰੀਅੰਸ ਹੈਗਾ ਐਜੂਕੇਸ਼ਨ ਨਾਲ ਤੁਹਾਡੇ ਇੱਥੇ ਜੋ ਕੁਛ ਸਿਸਟਮ ਤੁਸੀਂ ਦੇਖ ਰਹੇ ਹੋ ਉਸ ਨੂੰ ਲੈ ਕੇ ਤੁਸੀਂ ਅੱਗੇ ਆਏ ਹੋ ਤਾਂ ਕਿ ਇਹਨਾਂ ਇਸ਼ੂਜ਼ ਉੱਤੇ ਅਸੀਂ ਸਾਰੇ ਐਜ਼ ਅ ਟਰਸਟੀ ਦਾ ਫਰਜ਼ ਇਹ ਹੈਗਾ ਕਿ ਉਹ ਇੱਕ ਲਾਇਜ਼ਨ ਬਣੇ ਬਿਟਵੀਨ ਦ ਕਮਿਊਨਿਟੀ ਐਂਡ ਦ ਗਵਰਨਮੈਂਟ ਐਂਡ ਐਜ਼ ਐਨ ਇੰਡੀਪੈਂਡੈਂਟ ਤੁਸੀਂ ਉੱਥੇ ਆਏ ਹੈਗੇ ਕਿਸੇ ਸਲੇਟ ਨਾਲ ਨਹੀਂ ਜੁੜੇ ਸੋ ਬੇਬਾਕੀ ਨਾਲ ਤੁਸੀਂ ਬਿਨਾਂ ਕਿਸੇ ਖੌਫ ਦੇ ਤੁਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੋਗੇ ਜਿਹੜੀ ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਉਸ ਦੇ ਵਿੱਚ ਪਹਿਲਾਂ ਮੇਅਰ ਦੇ ਨਾਂ ਹੁੰਦੇ ਨੇ ਫਿਰ ਉਸ ਤੋਂ ਬਾਅਦ ਕਾਊਂਸਲ ਦੇ ਉਸ ਤੋਂ ਬਾਅਦ ਸਕੂਲ ਟਰਸਟੀਜ਼ ਦੇ ਹੈਗੇ ਨੇ ਤੁਹਾਡਾ ਉੱਥੇ ਨਾਂ ਕਿਸ ਤਰੀਕੇ ਨਾਲ ਲਿਖਿਆ ਅਤੇ ਕਿਉਂ ਲੋਕ ਤੁਹਾਨੂੰ ਵੋਟ ਪਾਉਣ ਅਖੀਰ ਸਾਨੂੰ ਇਹ ਦੱਸੋ ਹਰਪ੍ਰੀਤ ਜੀ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਜਿਹੜਾ ਉੱਥੇ ਲਾਸਟ ਨੇਮ ਪਹਿਲਾਂ ਹੁੰਦਾ ਜਿੱਦਾਂ ਨਰਵਾਲ ਪਹਿਲਾਂ ਹੋਣਾ ਠੀਕ ਜਸਵੀਰ ਮਗਰੋਂ ਹੋਣਾ ਠੀਕ ਸੋ ਜਿਹੜੀ ਮੈਂ ਇੱਕ ਜਾਂਦਾ ਜਾਂਦਾ ਜਿਹੜੀ ਜ਼ਰੂਰ ਗੱਲ ਕਹਿਣੀ ਚਾਹੂੰਗਾ ਕਿ ਜਿਹੜੀ ਸਾਰੇ ਸਰੀ ਨਿਵਾਸੀ ਆ ਸਾਰੇ ਵੋਟਰਸ ਆ ਜੀ ਉਹਨਾਂ ਲਈ ਇਹ ਇੱਕ ਬੜੀ ਪਵਿੱਤਰ ਜਿੱਦਾਂ ਦੀ ਕੁਆਲਿਟੀ ਤੁਸੀਂ ਜਿੱਦਾਂ ਜਿੰਨੇ ਪੈਸ਼ਨੇਟ ਹੋ ਕੇ ਤੁਸੀਂ ਵੋਟ ਪਾਉਣੀ ਆ ਜਿੱਦਾਂ ਦੇ ਬੰਦੇ ਚੁਣਨੇ ਆ ਰਾਈਟ ਸੋ ਮੈਂ ਤਾਂ ਇਹ ਗੱਲ ਕਹੂੰਗਾ ਉਹ ਜਿਹੜਾ ਕੈਂਡੀਡੇਟ ਦੀ ਮੈਰਿਟ ਦੇਖੋ ਉਹਦਾ ਅਕਲ ਇਲਮ ਵਿੱਦਿਆ ਗਿਆਨ ਦੇਖੋ ਉਹਦਾ ਨੌਲੇਜ ਅਤੇ ਐਕਸਪੀਰੀਅੰਸ ਦੇਖੋ ਬਿਲਕੁਲ ਇਹ ਜੇ ਤੁਸੀਂ ਤੁਸੀਂ ਬੰਦਾ ਵਧੀਆ ਦੇਖ ਲਓਗੇ ਨਾ ਤਾਂ ਉੱਥੇ ਜਿਹੜਾ ਉਹ ਟਰਸਟੀ ਆਪੇ ਵਧੀਆ ਚੱਲ ਜਾਣੇ ਐਬਸੋਲਿਊਟ ਸਲੇਟ ਬਹੁਤ ਵਧੀਆ ਬਣ ਜਾਣੀ ਆ ਠੀਕ ਸੋ ਜਦੋਂ ਅਸੀਂ ਬਿਲਕੁਲ ਸੁਚੇਤ ਹੋ ਕੇ ਵੋਟ ਪਾਉਂਦੇ ਹਾਂ ਜੀ ਤਾਂ ਉਹਦਾ ਜਿਹੜਾ ਕੰਸੀਕੁਐਂਸ ਆ ਉਹਦਾ ਰਿਜ਼ਲਟ ਬਹੁਤ ਵਧੀਆ ਹੋਊਗਾ ਜਿੱਥੋਂ ਤੱਕ ਮੈਨੂੰ ਵੋਟ ਪਾਉਣ ਦਾ ਸੰਬੰਧ ਆ ਜਾਂ ਮੈਂ ਜਿਹੜੀ ਗੱਲ 'ਤੇ ਵੋਟ ਮੰਗਦਾ ਸੋ ਮੈਂ ਇਹ ਮੈਨੂੰ ਇਹ ਬੜੀ ਸਟਰੋਂਗਲੀ ਫੀਲ ਹੁੰਦਾ ਕਿ ਜਿਹੜੀਆਂ ਇਹ ਜਿਹੜੀਆਂ ਪੈਕਸ ਆ ਨਾ ਕਿ ਸਾਡੀ ਕਮਿਊਨਿਟੀ ਦੀ ਜਿਹੜੀ ਇਨਵੋਲਵਮੈਂਟ ਆ ਰਾਈਟ ਉਹ ਬਿਲਕੁਲ ਐਵੇਂ ਨਾ ਮਾਤਰ ਆ ਔਰ ਉਹ ਬੜੇ ਜ਼ੋਰ ਦੇ ਨਾਲ ਮੇਰਾ ਮਨ ਕਰਦਾ ਜਾਂ ਮੇਰਾ ਜੀ ਕਰਦਾ ਕਿ ਉਹ ਉੱਧਰ ਬਹਿਣ ਦੀ ਲੋੜ ਨਹੀਂ ਕਮਿਊਨਿਟੀ ਦੀ ਐਡਵੋਕੇਸੀ ਉਹਨਾਂ ਪੈਕਸ ਦੇ ਵਿੱਚ ਬਹਿਣ ਦੀ ਲੋੜ ਆ ਐਬਸੋਲੂਟਲੀ ਐਂਡ ਆਸ ਇਹੀ ਕਰਦੇ ਹਾਂ ਜੀ ਕਿ ਲੋਕ ਜਿਹੜੀ ਤੁਸੀਂ ਇਹ ਗੱਲ ਕਹੀ ਕਿ ਜਿਹੜਾ ਵਿਅਕਤੀ ਇਮਾਨਦਾਰ ਹੈ ਮਿਹਨਤ ਕਰਦਾ ਐਕਸਪੀਰੀਅੰਸ ਹੈਗਾ ਅਤੇ ਜਿਹਦੇ 'ਚ ਇੱਕ ਪੈਸ਼ਨ ਹੈਗਾ ਸਰਵ ਕਰਨ ਦਾ ਉਹਨਾਂ ਨੂੰ ਲੋਕ ਚੁਣਨ ਆਸ ਕਰਦੇ ਹਾਂ ਕਿ 20 ਤਰੀਕ ਨੂੰ ਵੱਧ ਚੜ੍ਹ ਕੇ ਲੋਕ ਤੁਹਾਨੂੰ ਸਪੋਰਟ ਕਰਕੇ ਕਾਮਯਾਬ ਕਰਨਗੇ ਬੈਸਟ ਵਿਸ਼ਸ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਥੈਂਕ ਯੂ ਵੈਰੀ ਮੱਚ